ਕਪੂਰ ਮੌਜੂਦ ਨੇ। ਸੋ ਯੋਗੀ ਆਦਿੱਤਿਆ ਨਾਥ ਪਹੁੰਚੇ ਨੇ ਅੱਜ ਲੁਧਿਆਣਾ ਦੇ ਵਿੱਚ, ਕੀ ਕਹਿਣਾ ਚਾਹੁੰਦੇ? ਸਰ ਬਹੁਤ ਵਧੀਆ ਲੱਗਿਆ, ਯੋਗੀ ਆਦਿੱਤਿਆ ਨਾਥ ਜੀ ਆਏ ਨੇ, ਹਿੰਦੂ ਬਾਰੇ ਗੱਲ ਕਰ ਰਹੇ ਨੇ, ਪੰਜਾਬ ਦੇ ਵਿਕਾਸ ਬਾਰੇ ਗੱਲ ਕਰ ਰਹੇ ਨੇ, ਲੁਧਿਆਣਾ ਦੇ ਵਿਕਾਸ ਬਾਰੇ ਗੱਲ ਕਰ ਰਹੇ ਨੇ। ਆਪਾਂ ਸਾਰਿਆਂ ਨੂੰ ਮਿਲ ਕੇ ਬੀਜੇਪੀ ਨੂੰ ਅਤੇ ਇੰਡੀਆ ਵਾਸਤੇ ਵੋਟ ਕਰਨਾ ਚਾਹੀਦਾ, ਆਪਾਂ ਆਪਣੇ ਦੇਸ਼ ਵਾਸਤੇ ਵੋਟ ਕਰੀਏ। ਮੈਂ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਵੋਟ ਕਰੋ, ਜਿਹਨੂੰ ਮਰਜ਼ੀ ਕਰੋ, ਬਟ ਵੋਟ ਜ਼ਰੂਰ ਕਰੋ। ਪਹਿਲਾਂ ਅਮਿਤ ਸ਼ਾਹ ਜੀ ਆਉਂਦੇ ਨੇ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਹੱਕ ਦੇ ਵਿੱਚ ਰੈਲੀ ਦੇ ਲਈ, ਹੁਣ ਯੋਗੀ ਜੀ ਆਏ ਨੇ, ਕਿੱਦਾਂ ਦਾ ਲੱਗ ਰਿਹਾ, ਪਿਆਰ ਮਿਲ ਰਿਹਾ ਉਹਨਾਂ? ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ। ਇਹ ਜਿਹੜੀ ਪਬਲਿਕ ਇੱਥੇ ਆਈ ਹੋਈ ਆ, ਇਹ ਪਬਲਿਕ ਪੈਸਿਆਂ ਦੇ ਕੇ ਜਾਂ ਦਿਹਾੜੀਆਂ 'ਤੇ ਲੈ ਕੇ ਨਹੀਂ ਆਇਆ। ਜਿਵੇਂ ਕੱਲ੍ਹ ਆਪਾਂ ਤੁਸੀਂ ਦੇਖਿਆ ਜਾਂ ਦਾਖੇ ਦੇ ਵਿੱਚ ਕੀ ਹਾਲਾਤ ਹੋਏ ਨੇ, ਅਤੇ ਇਹ ਪਬਲਿਕ ਉੱਦਾਂ ਨਹੀਂ ਆਈ ਹੋਈ ਹੈ, ਪਬਲਿਕ ਪਿਆਰ ਨਾਲ ਯੋਗੀ ਜੀ ਦੇ ਪਿਆਰ ਲਈ ਆਈ ਹੈ, ਇਸ ਕਰਕੇ ਬਹੁਤ ਵਧੀਆ ਲੱਗ ਰਿਹਾ। ਸੋ ਵੇਖ ਕੋਈ ਬੈਂਕ ਦੇ ਵਿੱਚ ਲੱਗਾ ਹੋਇਆ, ਸਾਰੀ ਆਪਣੀ ਡਿਊਟੀਆਂ ਛੱਡ ਕੇ ਇੱਥੇ ਆਏ ਹੋਏ ਆ ਜੀ। ਸੋ ਵੇਖ ਸਕਦੇ ਹੋ ਦੂਰ ਦੂਰ ਤੱਕ ਤਸਵੀਰਾਂ ਤੁਸੀਂ, ਕਿ ਲੋਕ ਕਿਸ ਤਰ੍ਹਾਂ ਇਸ